ਹਾਂਜੀ ਆਂਟੀ ਜੀ, ਕੀ ਨਾਮ ਜੀ? ਗੁਰਮੀਤ ਕੌਰ। ਗੁਰਮੀਤ ਕੌਰ ਜੀ, ਬਬਲੂ ਜਿਹੜਾ ਵਾ ਉਹ ਕੀ ਲੱਗਦਾ ਸੀ ਤੁਹਾਡਾ? ਮੈਂ ਸਭ ਨਾਲੋਂ ਛੋਟਾ ਬੇਟਾ। ਅੱਜ ਜਿਹੜਾ ਪੁਲਿਸ ਦੇ ਨਾਲ ਮੁਕਾਬਲਾ ਹੋ ਰਿਹਾ ਵਾ, ਉਹਨਾਂ ਦਾ ਕੀ ਕਹਿਣਾ ਚਾਹੋਗੇ ਜੀ? ਮੈਂ ਕਿਹਾ ਜਾਣਾ ਸਾਡੇ ਤਾਂ ਭਰਾ ਨੂੰ ਤਾਂ ਕੁਛ ਵੀ ਨਹੀਂ ਪਤਾ ਇਹੋ ਜਿਹੀ ਗੱਲ ਦਾ। ਸਾਨੂੰ ਨਹੀਂ ਪਤਾ, ਸਾਨੂੰ ਇੰਨਾ ਪਤਾ ਕਿ ਸਾਡਾ ਪਰਿਵਾਰ ਆਪਣੇ ਜਨਾਨੀ ਨਾਲ ਅਤੇ ਆਪਣੇ ਬੱਚੇ ਨਾਲ ਰਹਿ ਰਿਹਾ ਵਾ, ਸਾਨੂੰ ਇਹੋ ਜਿਹੀ ਗੱਲ ਦਾ ਕੋਈ ਪਤਾ ਨਹੀਂ। ਅਤੇ ਮਾਲਕ ਨੂੰ ਜੋ ਹੁਣ ਮਾਲਕ ਨੇ ਕੀਤਾ ਚੰਗਾ ਕੀਤਾ, ਉਹਦੇ ਵਾਸਤੇ ਹੀ ਮਾਲਕ ਚੋ ਕਰੂਗਾ ਚੰਗਾ। ਉਹਦੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ, ਕੋਈ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ। ਇਹੋ ਹੀ ਆ, ਮੈਂ ਤਾਂ ਤੁਹਾਨੂੰ ਇਹੋ ਹੀ ਕਹਿੰਦੀ ਹਾਂ ਕਿ ਵੀ ਉਹਦੇ ਨਾਲ ਧੱਕੇਸ਼ਾਹੀ ਨਹੀਂ ਮੇਰੇ ਬੱਚੇ ਨਾਲ ਪੁਲਿਸ ਨੂੰ ਕਰਨੀ ਚਾਹੀਦੀ, ਕਿ ਜੋ ਉਹਦਾ ਹੈਗਾ ਵਾ ਕੋਈ ਗੱਲ ਨਹੀਂ, ਉਹਦਾ ਜੋ ਹੈਗੀ ਉਹਨੂੰ ਕਹਿ ਪੁੱਛ ਕੇ ਕਰਨ, ਪਰ ਉਹਨੂੰ ਕੋਈ ਇਹੋ ਜਿਹੀ ਗੱਲ ਨਾ ਕਰਨ। ਉਹਨੂੰ ਮੈਂ ਤਾਂ ਇਹੋ ਹੱਥ ਜੋੜ ਕੇ ਤੁਹਾਡੇ ਗਾੜੀ ਇਹੋ ਬੇਨਤੀ ਆ ਕਿ ਮੇਰੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਪੁਲਿਸ ਨਾ ਉਹਦੇ ਨਾਲ ਕੋਈ ਧੱਕੇਸ਼ਾਹੀ ਕਰੇ। ਸਾਨੂੰ ਇੰਨਾ ਪਤਾ ਕਿ ਮੇਰਾ ਬੱਚਾ ਜਿਹੜਾ ਵਾ ਆਪਣੇ ਪਰਿਵਾਰ ਦੇ ਨਾਲ ਸਹੀ ਸਲਾਮਤ ਰਹਿੰਦਾ ਸੀ, ਸਾਨੂੰ ਇੰਨਾ ਬੜਾ ਸਾਨੂੰ, ਪਰ ਅਸੀਂ ਕਦੀ ਨਾ ਫੋਨ ਕਰਕੇ ਪੁੱਛਿਆ ਨਾ ਸਾਨੂੰ ਉਹਦਾ ਫੋਨ ਹੀ ਆਉਂਦਾ ਸੀ। ਤਾਂ ਸਾਨੂੰ ਇੰਨਾ ਪਤਾ ਸੀ ਕਿ ਉਹ ਸਹੀ ਸਲਾਮਤ ਜਿੱਥੇ ਰਹਿੰਦਾ ਸਹੀ ਸਲਾਮਤ ਰਹਿੰਦਾ। ਦੱਸਿਆ ਜਾਂਦਾ ਕਿ ਪਰਿਵਾਰ ਨੇ ਜਿਹੜਾ ਵਾ ਉਹਨੂੰ ਬੇਦਖਲ ਕੀਤਾ ਸੀ, ਕਿਉਂ ਕੀਤਾ ਸੀ, ਕੀ ਕਾਰਨ ਸੀ ਬੇਦਖਲ ਕਰਨ? ਬੇਦਖਲ ਇਹ ਕਰਕੇ ਕਿ ਸਾਨੂੰ ਪਹਿਲੀਆਂ ਸਾਨੂੰ ਪੁਲਿਸ ਵਾਲੇ ਜਿਹੜੇ ਸੀ ਉਹ ਤੰਗ ਪਰੇਸ਼ਾਨੀ ਕਰਦੇ ਸੀ, ਅਤੇ ਉਹਦੇ ਕਾਰਨ ਅਸੀਂ ਉਹਨੂੰ ਬੇਦਖਲ ਕੀਤਾ। ਹੁਣ ਤਾਂ ਉਹਨੂੰ ਸਾਲ ਹੋ ਗਿਆ ਸਾਡੇ ਘਰ 'ਚ ਰਹਿੰਦਾ ਨਹੀਂ, ਸਾਲ ਹੋ ਗਿਆ ਉਹਨੂੰ ਗਏ ਨੂੰ, ਅਤੇ ਸਾਲ ਹੋ ਗਿਆ ਜਿਉਂ ਸਾਲ ਹੋ ਗਿਆ ਗਏ ਨੂੰ ਤਾਂ ਮੁੜ ਕੇ ਉਹ ਘਰ ਆਇਆ ਨਹੀਂ ਆ। ਜਨਾਨੀ ਉਹਦੇ ਮੈਂ ਬਿਮਾਰ ਸ਼ਮਾਰ ਨਹੀਂ, ਜਨਾਨੀ ਉਹਦੀ ਆਉਂਦੀ ਆ ਘੜੀ ਪਲ ਪਤਾ ਲੈਣ, ਪਤਾ ਲੈ ਕੇ ਚਲ ਜਾਂਦੀ ਸੀ। ਉਹ ਵੀ ਨਹੀਂ ਆਉਂਦੇ, ਉਹ ਜੇ ਕਿਤੇ ਬਿਮਾਰ ਬਿਮੂਰ ਜ਼ਿਆਦਾ ਹੋਵਾਂ ਤਾਂ ਫਿਰ ਪਤਾ ਲੈਣ ਆਉਂਦੀ, ਪਤਾ ਲੈ ਕੇ ਉਸੇ ਵੇਲੇ ਚਲ ਜਾਂਦੀ। ਅਤੇ ਜਿੱਥੇ ਉਹ ਰਹਿੰਦੀ ਆਪਣੇ ਪਰਿਵਾਰ ਦੇ ਨਾਲ ਰਹਿੰਦੀ, ਅਸੀਂ ਕਦੀ ਜ਼ਿਆਦਾ ਉਹਨਾਂ ਨੂੰ ਪੁੱਛਿਆ ਨਹੀਂ। ਇੰਨੀ ਬੜੀ ਕਿ ਜਿੱਥੇ ਰਹਿੰਦਾ ਆਪਣੇ ਪਰਿਵਾਰ ਦੇ ਨਾਲ ਰਹਿੰਦਾ, ਬੱਚਾ ਉਹਨਾਂ ਦਾ ਉਹਦੀ ਵਹੁਟੀ ਆ ਅਤੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਹੁਣ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਜੇ ਤੁਸੀਂ? ਅਸੀਂ ਇਹ ਉਹਨਾਂ ਨੇ ਪੁਲਿਸ ਵਾਲਿਆਂ ਦੇ ਗਾੜੀ ਉਹ ਹੱਥ ਜੋੜ ਕੇ ਬੇਨਤੀ ਹੈ ਮੇਰੇ ਬੱਚੇ ਨਾਲ ਧੱਕੇਸ਼ਾਹੀ ਨਾ ਕਰਨ। ਉਹਨਾਂ ਜੋ ਵੀ ਧੱਕੇਸ਼ਾਹੀ ਨਾ, ਉਹਦੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ। ਮੈਂ ਉਹ ਹੱਥ ਜੋੜ ਕੇ ਉਹਨਾਂ ਦੇ ਅੱਗੇ ਵੀ ਬੇਨਤੀ ਹੈ ਕਿ ਧੱਕੇਸ਼ਾਹੀ ਨਹੀਂ ਪੁਲਿਸ ਵਾਲਿਆਂ ਨੂੰ ਕਰਨੀ ਚਾਹੀਦੀ ਮੇਰੇ ਬੱਚੇ ਨੂੰ। ਅਤੇ ਮਾਲਕ ਨੂੰ ਜੋ ਹੁਣ ਮਾਲਕ ਨੇ ਕੀਤਾ ਚੰਗਾ ਕੀਤਾ, ਉਹਦੇ ਵਾਸਤੇ ਹੀ ਮਾਲਕ ਚੋ ਕਰੂਗਾ ਚੰਗਾ। ਉਹਦੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ, ਕੋਈ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ। ਇਹੋ ਹੀ ਆ, ਮੈਂ ਤਾਂ ਤੁਹਾਨੂੰ ਇਹੋ ਹੀ ਕਹਿੰਦੀ ਹਾਂ ਕਿ ਵੀ ਉਹਦੇ ਨਾਲ ਧੱਕੇਸ਼ਾਹੀ ਨਹੀਂ ਮੇਰੇ ਬੱਚੇ ਨਾਲ ਪੁਲਿਸ ਨੂੰ ਕਰਨੀ ਚਾਹੀਦੀ, ਕਿ ਜੋ ਉਹਦਾ ਹੈਗਾ ਵਾ ਕੋਈ ਗੱਲ ਨਹੀਂ, ਉਹਦਾ ਜੋ ਹੈਗੀ ਉਹਨੂੰ ਕਹਿ ਪੁੱਛ ਕੇ ਕਰਨ, ਪਰ ਉਹਨੂੰ ਕੋਈ ਇਹੋ ਜਿਹੀ ਗੱਲ ਨਾ ਕਰਨ। ਉਹਨੂੰ ਮੈਂ ਤਾਂ ਇਹੋ ਹੱਥ ਜੋੜ ਕੇ ਤੁਹਾਡੇ ਗਾੜੀ ਇਹੋ ਬੇਨਤੀ ਆ ਕਿ ਮੇਰੇ ਬੱਚੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। ਪੁਲਿਸ ਨਾ ਉਹਦੇ ਨਾਲ ਕੋਈ ਧੱਕੇਸ਼ਾਹੀ ਕਰੇ। ਸਾਨੂੰ ਇੰਨਾ ਪਤਾ ਕਿ ਮੇਰਾ ਬੱਚਾ ਜਿਹੜਾ ਵਾ ਆਪਣੇ ਪਰਿਵਾਰ ਦੇ ਨਾਲ ਸਹੀ ਸਲਾਮਤ ਰਹਿੰਦਾ ਸੀ, ਸਾਨੂੰ ਇੰਨਾ ਬੜਾ ਸਾਨੂੰ, ਪਰ ਅਸੀਂ ਕਦੀ ਨਾ ਫੋਨ ਕਰਕੇ ਪੁੱਛਿਆ ਨਾ ਸਾਨੂੰ ਉਹਦਾ ਫੋਨ ਹੀ ਆਉਂਦਾ ਸੀ। ਤਾਂ ਸਾਨੂੰ ਇੰਨਾ ਪਤਾ ਸੀ ਕਿ ਉਹ ਸਹੀ ਸਲਾਮਤ ਜਿੱਥੇ ਰਹਿੰਦਾ ਸਹੀ ਸਲਾਮਤ ਰਹਿੰਦਾ। ਦੱਸਿਆ ਜਾਂਦਾ ਕਿ ਪਰਿਵਾਰ ਨੇ ਜਿਹੜਾ ਵਾ ਉਹਨੂੰ ਬੇਦਖਲ ਕੀਤਾ ਸੀ, ਕਿਉਂ ਕੀਤਾ ਸੀ, ਕੀ ਕਾਰਨ ਸੀ ਬੇਦਖਲ ਕਰਨ? ਬੇਦਖਲ ਇਹ ਕਰਕੇ ਕਿ ਸਾਨੂੰ ਪਹਿਲੀਆਂ ਸਾਨੂੰ ਪੁਲਿਸ ਵਾਲੇ ਜਿਹੜੇ ਸੀ ਉਹ ਤੰਗ ਪਰੇਸ਼ਾਨੀ ਕਰਦੇ ਸੀ, ਅਤੇ ਉਹਦੇ ਕਾਰਨ ਅਸੀਂ ਉਹਨੂੰ ਬੇਦਖਲ ਕੀਤਾ। ਹੁਣ ਤਾਂ ਉਹਨੂੰ ਸਾਲ ਹੋ ਗਿਆ ਸਾਡੇ ਘਰ 'ਚ ਰਹਿੰਦਾ ਨਹੀਂ, ਸਾਲ ਹੋ ਗਿਆ ਉਹਨੂੰ ਗਏ ਨੂੰ, ਅਤੇ ਸਾਲ ਹੋ ਗਿਆ ਜਿਉਂ ਸਾਲ ਹੋ ਗਿਆ ਗਏ ਨੂੰ ਤਾਂ ਮੁੜ ਕੇ ਉਹ ਘਰ ਆਇਆ ਨਹੀਂ ਆ। ਜਨਾਨੀ ਉਹਦੇ ਮੈਂ ਬਿਮਾਰ ਸ਼ਮਾਰ ਨਹੀਂ, ਜਨਾਨੀ ਉਹਦੀ ਆਉਂਦੀ ਆ ਘੜੀ ਪਲ ਪਤਾ ਲੈਣ, ਪਤਾ ਲੈ ਕੇ ਚਲ ਜਾਂਦੀ ਸੀ। ਉਹ ਵੀ ਨਹੀਂ ਆਉਂਦੇ, ਉਹ ਜੇ ਕਿਤੇ ਬਿਮਾਰ ਬਿਮੂਰ ਜ਼ਿਆਦਾ ਹੋਵਾਂ ਤਾਂ ਫਿਰ ਪਤਾ ਲੈਣ ਆਉਂਦੀ, ਪਤਾ ਲੈ ਕੇ ਉਸੇ ਵੇਲੇ ਚਲ ਜਾਂਦੀ। ਅਤੇ ਜਿੱਥੇ ਉਹ ਰਹਿੰਦੀ ਆਪਣੇ ਪਰਿਵਾਰ ਦੇ ਨਾਲ ਰਹਿੰਦੀ, ਅਸੀਂ ਕਦੀ ਜ਼ਿਆਦਾ ਉਹਨਾਂ ਨੂੰ ਪੁੱਛਿਆ ਨਹੀਂ। ਇੰਨੀ ਬੜੀ ਕਿ ਜਿੱਥੇ ਰਹਿੰਦਾ ਆਪਣੇ ਪਰਿਵਾਰ ਦੇ ਨਾਲ ਰਹਿੰਦਾ, ਬੱਚਾ ਉਹਨਾਂ ਦਾ ਉਹਦੀ ਵਹੁਟੀ ਆ ਅਤੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਹੁਣ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਜੇ ਤੁਸੀਂ? ਅਸੀਂ ਇਹ ਉਹਨਾਂ ਨੇ ਪੁਲਿਸ ਵਾਲਿਆਂ ਦੇ ਗਾੜੀ ਉਹ ਹੱਥ ਜੋੜ ਕੇ ਬੇਨਤੀ ਹੈ ਮੇਰੇ ਬੱਚੇ ਨਾਲ ਧੱਕੇਸ਼ਾਹੀ ਨਾ ਕਰਨ।
ਧੱਕੇਸ਼ਾਹੀ ਨਾ ਕਰਨ ਉਹਦਾ ਜੋ ਵੀ ਧੱਕੇਸ਼ਾਹੀ ਨਾ ਉਹਦੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ। ਮੈਂ ਉਹ ਹੱਥ ਜੋੜ ਕੇ ਉਹਨਾਂ ਦੇ ਅੱਗੇ ਵੀ ਬੇਨਤੀ ਹੈ ਕਿ ਧੱਕੇਸ਼ਾਹੀ ਨਹੀਂ ਪੁਲਿਸ ਵਾਲਿਆਂ ਨੂੰ ਕਰਨੀ ਚਾਹੀਦੀ ਮੇਰੇ ਬੱਚੇ ਨੂੰ।